ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ। ਇਹ ਸਾਡੇ ਘਰ ਦਾ ਹੀ ਮੇਲਾ ਜੀ, ਸਾਡੇ ਫੈਮਿਲੀ ਨੇ ਔਜਲਾ ਅੰਕਲ ਅਜਮੇਰ ਜੀ, ਬੰਗਾ ਸਾਹਿਬ ਚਾਚੇ ਹੀ ਆ ਮੇਰੇ, ਬੜੇ ਪਿਆਰ ਨਾਲ ਹਰ ਸਾਲ ਇਹ ਮੇਲਾ ਕਰਵਾਉਂਦੇ ਨੇ। ਪਾਪਾ ਨੇ ਮੇਰੀ ਡਿਊਟੀ ਲਾਈ ਸੀ, ਕਹਿੰਦੇ ਤੂੰ ਜਾ ਕੇ ਆਈ, ਦੋ ਚਾਰ ਮਿੰਟ ਪੰਜ ਮਿੰਟ ਜਿੰਨੇ ਤੇਰਾ ਦਿਲ ਕਰਦਾ ਹਾਜ਼ਰੀ ਲਵਾ ਦੇ। ਸੋ ਮੈਂ ਕੋਸ਼ਿਸ਼ ਤਾਂ ਕਰਦਾ ਹੁੰਦਾ ਜੀ ਹਰ ਸਾਲ ਆਉਣ ਦੀ, ਪਰ ਥੋੜ੍ਹਾ ਕੰਮ 'ਚ ਬਿਜ਼ੀ ਹੁੰਦਾ, ਬਟ ਸਟਿਲ ਜਦੋਂ ਮੈਂ ਇੱਥੇ ਹੁੰਦਾ ਮੈਂ ਹਮੇਸ਼ਾ ਆਉਂਦਾ। ਮੱਟੂ ਵੀਰ ਆਏ ਨੇ ਸਾਹਮਣੇ, ਬਹੁਤ ਬਹੁਤ ਜੀ ਆਇਆਂ ਨੂੰ। ਮਨਜੀਤ ਸੋਹਲ ਸਾਹਿਬ ਜੀ ਸਰਪ੍ਰਸਤ ਸਾਡੇ, ਲਿਆਓ ਜੀ ਪੈਸਿਆਂ ਦੀ ਬਹੁਤ ਲੋੜ, ਫੜਾ ਫੜਾ ਦੇ ਦਿਓ। ਕਿੱਦਾਂ ਦੇਣੇ? ਦੇ ਦੇ, ਚੱਲ ਦੇ ਦੇ, ਚੱਲ ਮੈਂ ਤੇਲ ਭਰਾ ਲੈਣਾ ਉਹਨਾਂ ਦਾ। ਬਾਕੀ ਮੈਨੂੰ ਗੋਲ ਗੱਪਾਂ ਵਾਲਾ ਗਾਣਾ ਬਹੁਤ ਸੋਹਣਾ ਲੱਗਿਆ ਜੀ, ਉਹ ਉਹ ਪਿਆਰਾ ਗਾਣਾ ਸੀਗਾ ਸੱਚੀ। ਉਹ ਦੋਵੇਂ ਬੜੇ ਸਵੀਟ ਸੀਗੇ, ਹਸਬੈਂਡ ਵਾਈਫ ਨੇ ਕਿ ਉੱਦਾਂ ਹੀ ਗਾਉਂਦੇ? ਹਸਬੈਂਡ ਵਾਈਫ ਨੇ, ਬਹੁਤ ਪਿਆਰੇ ਨੇ। ਕਿਉਂਕਿ ਜਿਹੜਾ ਬੰਦਾ ਆਪਣਾ ਘਰ ਚਲਾਉਣ ਲਈ ਕੋਈ ਵੀ ਕੰਮ ਕਰਦਾ, ਆਪਣੀ ਫੈਮਿਲੀ ਨਾਲ ਰਲ ਕੇ ਕਰਦਾ, ਮੈਂ ਉਹਨੂੰ ਰੱਬ ਹੀ ਮੰਨਦਾ ਸੀਰੀਅਸਲੀ। ਕਿਉਂਕਿ ਆਪਾਂ ਸਾਰੀ ਲਾਈਫ ਇਸੇ ਸਟਰਗਲ 'ਚ ਕੱਢਦੇ ਹਾਂ ਕਿ ਫੈਮਿਲੀ ਨੂੰ ਪਾਲ ਲਈਏ, ਬੱਚਿਆਂ ਨੂੰ ਪਾਲ ਲਈਏ, ਹੈ ਨਾ। ਸੋ ਹਜੇ ਵੀ ਲੱਗੇ ਹੋਏ ਨੇ, ਮਿਹਨਤੀ ਨੇ, ਅਸੀਂ ਤਾਂ ਲੱਕੀ ਹਾਂ ਜੀ, ਸਾਨੂੰ ਬਣਿਆ ਬਣਾਇਆ ਮਿਲਿਆ ਸਾਰਾ ਕੁਛ ਸੀਰੀਅਸਲੀ। ਪਰ ਜਿਹੜੇ ਜਿਹਨਾਂ ਨੂੰ ਵਿਚਾਰਿਆਂ ਨੂੰ ਨਹੀਂ ਮਿਲਦਾ ਜਾਂ ਸਟਰਗਲ ਕਰਦੇ ਨੇ, ਉਹ ਬਹੁਤ ਬਹੁਤ ਮੁਸ਼ਕਿਲ ਹੈ ਇਸ ਜਗ੍ਹਾ 'ਤੇ ਖੜ੍ਹਾ ਹੋਣਾ। ਸੋ ਉਹਨਾਂ ਨੂੰ ਥੈਂਕਸ ਕਰਦਾ ਜਿਹੜੇ ਸਾਡੇ ਮੇਲੇ ਆਉਂਦੇ ਆ ਇੱਥੇ ਮੇਲੇ 'ਤੇ ਔਰ ਆਪਣੀ ਹਾਜ਼ਰੀ ਲਵਾਉਂਦੇ ਆ, ਜਿਹੜੇ ਨਵੇਂ ਸਿੰਗਰਸ ਆ ਜਾਂ ਜਿਹੜੇ ਕੋਸ਼ਿਸ਼ ਕਰਦੇ ਨੇ ਆਪਣਾ ਨਾਮ ਬਣਾਉਣ ਦੀ, ਉਹਨਾਂ ਲਈ ਸਾਰਿਆਂ ਲਈ ਤਾੜੀਆਂ ਮਾਰੋ ਜੀ ਸਭ ਤੋਂ ਪਹਿਲਾਂ ਤਾਂ। ਉਹ ਐਕਚੁਅਲੀ ਸੀਰੀਅਸਲੀ ਉਹ ਬਹੁਤ ਡਿਜ਼ਰਵ, ਇੱਕ ਮਾਤਾ ਜੀ ਬੈਠੇ ਹੋਏ ਆ, ਮੈਂ ਕਦੋਂ ਦੇਖਦਾ ਕੀ ਹੋਇਆ ਉਹਨਾਂ ਨੂੰ। ਗਾਉਣਾ ਤੁਸੀਂ ਗਵਾ ਦਿਓ ਯਾਰ, ਇੱਦਾਂ ਨਾ ਕਰਾਂ ਮਾਤਾ ਜੀ, ਮੈਂ ਗਵਾ ਕੇ ਜਾਣਾ ਤੁਹਾਨੂੰ ਪੱਕਾ ਲੈ। ਅੱਛਾ, ਔਜਲਾ ਅੰਕਲ ਨੇ ਕਿਹਾ ਸੀ, ਅਜਮੇਰ ਜੀ ਨੇ ਮੈਨੂੰ, ਹਾਂਜੀ। ਅੱਛਾ, ਫਤਿਹ ਸਿੰਘ ਜੀ ਲਾਈਵ ਨੇ ਜੀ, ਕਿੱਥੋਂ ਨੇ ਲਾਈਵ? ਇੰਗਲੈਂਡ ਤੋਂ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਪ੍ਰਧਾਨ ਜੀ ਹੋਰ ਸਭ ਠੀਕ ਠਾਕ? ਮੈਨੂੰ ਅਜਮੇਰ ਅੰਕਲ ਨੇ ਕਿਹਾ ਸੀਗਾ, ਉਹਨਾਂ ਦਾ ਫੇਵਰੇਟ ਗਾਣਾ ਕਹਿੰਦੇ ਉਹ ਯਾਰਨ ਮੁੱਲੇ ਚੋਂ, ਉਹ ਮੇਰਾ ਵੀ ਫੇਵਰੇਟ ਆ ਜੀ। ਮੈਨੂੰ ਉਸ ਗਾਣੇ ਨੇ, ਉਸ ਫਿਲਮ ਨੇ ਬਹੁਤ ਕੁਛ ਦਿੱਤਾ, ਕਿਉਂਕਿ ਜੇ ਮੈਂ ਇੱਥੇ ਖੜ੍ਹਾ ਹੋ ਕੇ ਬੋਲਣ ਜੋਗਾ ਜਾਂ ਮਾੜਾ ਮੋਟਾ ਗਾ ਰਿਹਾ, ਜਿੰਨਾ ਕੁ ਵੀ ਮੈਨੂੰ ਆਉਂਦਾ, ਉਹ ਉਸ ਫਿਲਮ ਦੀ ਬਦੌਲਤ ਹੈ ਜੀ। ਮੇਰੇ ਲਈ ਬਹੁਤ ਯਾਦਗਾਰੀ ਫਿਲਮ ਆ, ਮੇਰੀ ਡੈਬਿਊ ਫਿਲਮ ਸੀਗੀ। ਸੋ ਥੈਂਕਸ ਕਰਦਾ ਮੈਂ ਹਜੇ ਵੀ ਸਾਰੀ ਟੀਮ ਦਾ, ਯਾਰਨ ਮੁੱਲੇ ਦਾ ਪਹਿਲਾ ਰੱਖ। ਆਪਾਂ ਉੱਦਾਂ ਹੀ ਖੁੱਲ੍ਹਾ ਹੀ ਗਾਵਾਂਗੇ, ਠੀਕ ਹੈ, ਆਰਾਮ ਨਾਲ ਮਜ਼ੇ ਨਾਲ। ਤੁਸੀਂ ਬੈਠੋ, ਕੋਈ ਨਹੀਂ ਨਹੀਂ ਤੁਸੀਂ ਆਓ ਇੱਥੇ ਰੂਮ ਮੇਰੇ ਕੋਲ ਰਹੋ, ਤੁਸੀਂ ਕੋਈ ਗੱਲ ਨਹੀਂ। ਨੈਣਾ ਦੇ ਨੈਣਾ ਦੇ ਹਰਫ ਪੜਾਵਾਂ ਕਿਵੇਂ, ਦਿਲ ਤੇ ਲਿਖੀਆਂ ਵਖਾਵਾਂ ਕਿਵੇਂ, ਇਹਨਾਂ ਸੋਚਾਂ ਵਿੱਚ ਰਹਿਣਾ ਦਿਲ ਅਕਸਰ ਕਹਿਣਾ ਵਾ, ਜਿਹੜੀ ਇਸ਼ਕ 'ਚ ਚੱਲਦੀ ਏ ਉਹਦੇ ਰੰਗ ਵਿੱਚ ਢਲਦੀ ਏ, ਉਹ ਨਬਜ਼ ਪਛਾਣੇ ਨਾ ਮੇਰਾ ਪੀਰ ਜਾਣੇ ਮੇਰੀ ਪੀਰ, ਉਹ ਜਾਣੇ ਨਾ ਕਦਮਾਂ ਦੋ ਕਦਮਾਂ ਤੇ ਰਹਿੰਦੀਆਂ ਪਲ ਹਰ ਪਲ, ਸਦੀਆਂ ਮੈਂ ਤੁਰਿਆ ਪਹੁੰਚ ਸਕਿਆ ਨਾ ਉਹਦੇ ਵੱਲ, ਉਹਦੇ ਵੱਲ ਰੱਬਾ ਵੇ ਸੋਚਾਂ ਵਿੱਚ ਰਹਿਣਾ ਦਿਲ ਅਕਸਰ ਕਹਿਣਾ ਵਾ, ਜਿਹੜੀ ਜਿਗ 'ਚ ਚੱਲਦੀ ਏ
ਉਹਦੇ ਰੰਗ ਵਿੱਚ ਟਲਦੀ ਏ ਉਹ ਨਬਜ਼ ਪਛਾਣੇ ਨਾ ਮੇਰਾ ਪੀਰ ਜਾਣੇ ਮੇਰੀ ਪੀਰ ਉਹ ਜਾਣੇ ਨਾ ਦੂਜਾ ਰੱਖ ਲਓ ਦੂਜਾ ਮੇਕ ਟਾਈਪ ਰੱਖ ਲਓ ਇਹ ਮੇਰਾ ਫੇਵਰੇਟ ਗਾਣਾ ਜੀ ਮੇਰੀ ਮੇਰੀ ਪਹਿਲੀ ਐਲਬਮ ਦਾ ਸੀਗਾ ਹਾਂਜੀ ਰਾਜਣ ਢੂੰਡਣ ਮੈਂ ਚੱਲੀ ਤੇ ਮੈਨੂੰ ਰਾਂਝਾ ਮਿਲਿਆ ਰੱਬ ਮਿਲਿਆ ਮੈਨੂੰ ਤੇ ਰਾਂਝਾ ਨਾ ਮਿਲਿਆ ਨੀ ਤੇ ਰੱਬ ਰਾਂਝਾ ਸੂਫੀ ਸੂਫੀ ਨੈਣਾ ਵਿੱਚੋਂ ਰੱਬ ਦਿਸਦਾ ਏ ਮੈਨੂੰ ਮੇਰਾ ਉਹਦੇ ਵਿੱਚੋਂ ਸਭ ਦਿਸਦਾ ਏ ਪਲ ਵੀ ਨਾ ਉਹਦੇ ਬਿਨਾਂ ਲੰਘਦਾ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ ਮਾਹੀ ਸੋਹਣੇ 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 ਰੰਗਦਾ ਏ ਜਦੋਂ ਹੱਥ ਉਹਦਾ ਹੱਥਾਂ ਵਿੱਚ ਆਵੇ ਮੇਰੇ ਹੱਥਾਂ ਦੀਆਂ ਲੀਕਾਂ ਤੜਕਾਵੇ ਇਸ ਗੱਲ ਦਾ ਨਾ ਮਤਲਬ ਸ਼ਾਇਦ ਪਤਾ ਵੀ ਹੋਣਾ ਤੁਹਾਨੂੰ ਕਿਉਂਕਿ ਤੁਸੀਂ ਸਿਆਣੇ ਹੋ ਪਰ ਮੈਂ ਆਪਣੇ ਵੱਲੋਂ ਦੱਸ ਦਿੰਦਾ ਜਿਹਨੂੰ ਤੁਸੀਂ ਜਦੋਂ ਤੁਸੀਂ ਪਿਆਰ ਕਰਦੇ ਹੋ ਚਾਹੇ ਉਹ ਤੁਹਾਡਾ ਮਾਂ ਪਿਓ ਭੈਣ ਭਾਈ ਬਹੁਤ ਜ਼ਿਆਦਾ ਦਿਲੋਂ ਚਾਹੇ ਉਹ ਤੁਹਾਡਾ ਰੱਬ ਹੀ ਆ ਕਦੀ ਦਿਖ ਜਾਵੇ ਜੇ ਤੁਹਾਨੂੰ ਜੇ ਕਦੀ ਦਿਖ ਜਾਵੇ ਅਤੇ ਉਹ ਜਦੋਂ ਤੁਹਾਡੇ ਸਾਹਮਣੇ ਆਉਂਦਾ ਜਾਂ ਉਹ ਤੁਹਾਨੂੰ ਆਪਣਾ ਹੱਥ ਫੜਾਉਂਦਾ ਅਤੇ ਤੁਹਾਡੇ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਨਾ ਮਤਲਬ ਕੰਬਦਾ ਬੰਦਾ ਅਤੇ ਬੰਦਾ ਜਿਸ ਕਿਸੇ ਵੀ ਸ਼ਕਲ ਨੂੰ ਇਹ ਸਿਰਫ ਆਸ਼ਕ ਮਸ਼ੂਕ ਦੀ ਗੱਲ ਨਹੀਂ ਕਿਸੇ ਵੀ ਸ਼ਕਲ ਨੂੰ ਪਿਆਰ ਕਰਦਾ ਜਦੋਂ ਉਹਦੇ ਸਾਹਮਣੇ ਆਉਂਦੀ ਉਹਦਾ ਹੱਥ ਫੜਦਾ ਅਤੇ ਉਹ ਕਹਿੰਦਾ ਜਦੋਂ ਹੱਥ ਉਹਦਾ ਹੱਥਾਂ ਵਿੱਚ ਆਵੇ ਮੇਰੇ ਹੱਥਾਂ ਦੀਆਂ ਲੀਕਾਂ ਤੜਕਾਵੇ ਜਦੋਂ ਸਾਹ ਮੇਰਾ ਸੀਨੇ ਵਿੱਚੋਂ ਨਿਕਲੇ ਉਹਦੇ ਕਦਮਾਂ ਤੇ ਜਾ ਕੇ ਮੁੱਕ ਜਾਵੇ ਰੱਬ ਤੋਂ ਦੁਆਏ ਹੋ ਮੰਗਦਾ ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ ਮਾਹੀ ਸੋਹਣੇ ਮਾਹੀ ਸੋਹਣੇ ਮਾਹੀ ਸੋਹਣੇ ਰੰਗਦਾ ਏ ਥੈਂਕ ਯੂ ਇੱਕ ਡੈਡੀ ਦਾ ਗਾਣਾ ਯਾਦ ਆ ਗਿਆ ਹਾਫ ਉੱਪਰ ਕਰ ਲਓ ਅੱਧਾ ਉੱਤੇ ਕਰ ਲਓ ਅੱਧਾ ਸਕੇਲ ਉੱਤੇ ਕਰ ਲਾ ਮੁੰਡਿਆ ਇਹ ਮੈਂ ਆਪਣੀ ਐਲਬਮ 'ਚ ਵੀ ਕੀਤਾ ਸੀ ਮੇਰਾ ਫੇਵਰੇਟ ਗਾਣਾ ਜੀ ਡੈਡੀ ਜੀ ਦਾ ਨੀਵਾਂ ਹੀ ਆ ਜੇ ਵੀ ਇੱਕ ਕਰ ਹੀ ਲਓ ਅੱਧਾ ਹੋਰ ਇੱਕ ਪੂਰੇ ਕਰ ਲਓ ਹਾਂ ਦੂਸਰਾ ਹੀ ਕਰ ਲਓ ਹਾਂ ਮੇਰਾ ਮੈਨੂੰ ਬਹੁਤ ਪਸੰਦ ਹੈ ਜੀ ਮੈਂ ਸੋਰੀ ਬੋਰ ਤਾਂ ਨਹੀਂ ਕਰ ਰਿਹਾ ਮੈਂ
ਢਕ 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 ਨਹੀਂ ਕਰਨੀ ਜੀ, ਮੈਂ ਆਰਾਮ ਨਾਲ ਗਾਉਣਾ ਸਕੂਨ ਨਾਲ, ਠੀਕ ਹੈ ਜੀ? ਹਾਂਜੀ ਸੁਣੀਏ।